ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਟੂ ਮਾਈ ਚੈਨਲ ਜਸ ਟੇਲਰ। ਹਾਂਜੀ ਫਰੈਂਡਸ, ਅੱਜ ਆਪਾਂ ਕਮੀਜ਼ ਦੇ ਚਾਕਾਂ ਨੂੰ ਪਾਈਪਿੰਗ ਲਾਵਾਂਗੇ। ਠੀਕ ਹੈ ਜੀ, ਇਹ ਪਲੇਨ ਕਮੀਜ਼ ਹੈ ਮੇਰੇ ਕੋਲ, ਅਤੇ ਇਹਦੇ ਨਾਲ ਆਪਾਂ ਬਲੂ ਕਲਰ ਦੀ ਪਾਈਪਿੰਗ ਅਟੈਚ ਕਰਾਂਗੇ। ਬਹੁਤ ਈਜ਼ੀ ਤਰੀਕਾ, ਬਹੁਤ ਸੌਖੇ ਤਰੀਕੇ ਨਾਲ ਇਹ ਪਾਈਪਿੰਗ ਲੱਗ ਜਾਂਦੀ ਹੈ। ਅਤੇ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਮੇਰੇ ਚੈਨਲ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਕਰ ਦਿਓ। ਚਲੋ ਜੀ, ਆਪਾਂ ਸਟਾਰਟ ਕਰਦੇ ਹਾਂ। ਪਹਿਲਾਂ ਫਰੈਂਡਸ ਆਪਾਂ ਕੀ ਕਰਨਾ, ਜਿਹੜਾ ਆਪਣਾ ਘੇਰਾ ਬਣਾ ਲਿਆ ਹੁੰਦਾ, ਆਪਾਂ ਨੇ ਕਮੀਜ਼ ਦੀ ਫਿਟਿੰਗ ਪਾ ਲਈ, ਘੇਰਾ ਬਣਾ ਲਿਆ, ਠੀਕ ਹੈ ਜੀ, ਇੱਥੋਂ ਫੋਲਡ ਕਰਕੇ ਨੀਚੇ ਜਿੰਨਾ ਆਪਾਂ ਘੇਰ ਰੱਖਣਾ ਕਮੀਜ਼ ਦਾ, ਉੱਥੇ ਆਪਾਂ ਨੇ ਮਾਰਕਿੰਗ ਕੀਤੀ ਹੁੰਦੀ ਹੈ ਦੋਨਾਂ ਸਾਈਡਾਂ 'ਤੇ ਕਿ ਇੰਨਾ ਕੱਪੜਾ ਆਪਾਂ ਨੇ ਫੋਲਡ ਕਰਨਾ, ਠੀਕ ਹੈ ਜੀ। ਉੱਥੋਂ ਤੋਂ ਲੈ ਕੇ ਅਤੇ ਜਿੱਥੇ ਆਪਣੀ ਕਮੀਜ਼ ਦੀ ਹਿੱਪ ਆ ਰਹੀ ਆ, ਉੱਥੋਂ ਤੱਕ ਆਪਾਂ ਨੇ ਪ੍ਰੈਸ ਕਰਕੇ ਇੱਕ ਕਰੀਜ਼ ਬਣਾ ਲੈਣੀ ਆ। ਫਰੈਂਡ ਤੁਸੀਂ ਦੇਖ ਸਕਦੇ ਹੋ, ਪੱਲੇ ਤੋਂ ਲੈ ਕੇ ਚਾਕ ਤੱਕ ਇੱਕ ਕਰੀਜ਼ ਬਣਾ ਲੈਣੀ ਆਪਾਂ ਨੇ, ਠੀਕ ਹੈ ਜੀ। ਉਸ ਤੋਂ ਬਾਅਦ ਦੂਸਰੀ ਸਾਈਡ ਵੀ ਮੈਂ ਇੱਦਾਂ ਹੀ ਕਰੀਜ਼ ਬਣਾਈ ਹੋਈ ਆ, ਠੀਕ ਹੈ ਜੀ, ਹਿੱਪ ਤੋਂ ਲੈ ਕੇ ਘੇਰੇ ਤੱਕ ਆਪਾਂ ਨੇ ਕਰੀਜ਼ ਬਣਾ ਲਈ ਇੱਕ। ਉਸ ਤੋਂ ਬਾਅਦ ਆਪਾਂ ਕਮੀਜ਼ ਦੀ ਸਿੱਧੀ ਵਾਲੀ ਸਾਈਡ ਆਪਣੇ ਵਾਲੇ ਪਾਸੇ ਰੱਖਾਂਗੇ, ਉੱਪਰ ਵਾਲੇ ਪਾਸੇ। ਇਹ ਪਾਈਪਿੰਗ ਫਰੈਂਡਸ ਸਿੰਗਲ ਫੁੱਟ ਦੇ ਨਾਲ ਲੱਗਣੀ ਹੈ, ਠੀਕ ਹੈ ਜੀ। ਡਬਲ ਫੁੱਟ ਦੇ ਨਾਲ ਪਾਈਪਿੰਗ ਨਹੀਂ ਲੱਗੂਗੀ, ਲੈਸ ਲੱਗਦੀ ਹੁੰਦੀ ਆ। ਪਾਈਪਿੰਗ ਦੀ ਬੈਟਰ ਫਿਨਿਸ਼ਿੰਗ ਲਈ ਆਪਾਂ ਨੂੰ ਸਿੰਗਲ ਫੁੱਟ ਯੂਜ਼ ਕਰਨਾ ਪਊ। ਹੁਣ ਆਪਾਂ ਕੀ ਕਰਾਂਗੇ, ਜਿਹੜੀ ਆ ਕਰੀਜ਼ ਬਣਾਈ ਹੋਈ ਆਪਾਂ ਨੇ, ਇਹ ਕਰੀਜ਼ ਦੇ ਉੱਪਰ ਪਾਈਪਿੰਗ ਆਪਾਂ ਇਸ ਤਰੀਕੇ ਰੱਖਾਂਗੇ ਕਿ ਜਿਹੜੀ ਆ ਥਰੈੱਡ ਵਾਲੀ ਸਾਈਡ ਆ ਇਹ ਅੰਦਰਲੇ ਪਾਸੇ ਹੋਵੇ ਇੱਧਰ ਨੂੰ, ਜਿਹੜਾ ਐਕਸਟਰਾ ਕੱਪੜਾ ਬਚਦਾ ਉਹ ਇੱਧਰ ਹੋਵੇ, ਠੀਕ ਹੈ ਜੀ। ਅਤੇ ਥੋੜ੍ਹੀ ਜਿਹੀ ਫਰੈਂਡਸ ਆਪਾਂ 1.5 ਇੰਚ ਇਹਨੂੰ ਬਾਹਰ ਨੂੰ ਰੱਖ ਲੈਣਾ, ਠੀਕ ਹੈ ਜੀ, ਬਾਹਰ ਵਾਲੇ ਪਾਸੇ, ਕਿਉਂਕਿ ਜਦੋਂ ਫਿਰ ਆਪਾਂ ਤਰਪਾਈ ਕਰਾਂਗੇ ਤਾਂ ਉਹਨੂੰ ਫੋਲਡ ਕਰਕੇ ਇਸ ਤਰੀਕੇ ਆਪਾਂ ਅੰਦਰ ਕਰ ਸਕਦੇ ਹਾਂ। ਇਹ ਤੁਸੀਂ ਖਾਸ ਧਿਆਨ ਰੱਖਣਾ ਕਿ ਪਾਈਪਿੰਗ ਇੱਥੋਂ ਨਹੀਂ ਲੈਣੀ ਸ਼ੁਰੂ ਕਰਨੀ, ਤਕਰੀਬਨ 1.5 ਇੰਚ ਪਾਈਪਿੰਗ ਤੁਸੀਂ ਬਾਹਰ ਰੱਖਣੀ ਆ, ਅਤੇ ਥਰੈੱਡ ਵਾਲੀ ਸਾਈਡ ਆ ਜਿਹੜੀ ਉਹ ਅੰਦਰ ਪੱਲੇ ਵੱਲ ਨੂੰ ਰੱਖਣੀ ਆ, ਠੀਕ ਹੈ ਜੀ। ਆਹ ਕਰੀਜ਼ ਦੇ ਨਾਲ ਆਪਾਂ ਨੇ ਇਹ ਪਾਈਪਿੰਗ ਰੱਖ ਲਈ। ਉਸ ਤੋਂ ਬਾਅਦ ਆਪਾਂ ਜਿਹੜਾ ਇੱਧਰ ਕੱਪੜਾ ਬਚਿਆ ਹੋਇਆ ਇਹਦਾ ਇੱਕ ਫੋਲਡ ਕੀਤਾ, ਠੀਕ ਹੈ ਜੀ, ਇੱਕ ਫੋਲਡ ਕਰ ਲਿਆ, ਅਤੇ ਦੂਜਾ ਫੋਲਡ ਚੱਕ ਕੇ ਇਹਦਾ ਆਪਾਂ ਨੇ ਆ ਪਾਈਪਿੰਗ ਦੇ ਉੱਪਰ ਰੱਖ ਲੈਣਾ, ਠੀਕ ਹੈ ਜੀ। ਤੁਸੀਂ ਦੇਖ ਸਕਦੇ ਹੋ ਕਲੀਅਰਲੀ, ਮੈਂ ਨੇੜੇ ਕਰਕੇ ਦਿਖਾਉਂਦੀ ਹਾਂ, ਇਹ ਇਸ ਤਰੀਕੇ ਆ ਜੂ ਫਰੈਂਡਸ। ਆ ਥਰੈੱਡ ਵਾਲਾ ਪਾਸਾ ਆਪਾਂ ਬਾਹਰ ਰੱਖ ਲੈਣਾ, ਬਾਕੀ ਸਾਰੀ ਪਾਈਪਿੰਗ ਆਪਣੀ ਆ ਕੱਪੜੇ ਦੇ ਨੀਚੇ ਫੋਲਡ ਆ ਜੂ, ਠੀਕ ਹੈ ਜੀ, ਹੋ ਜੂਗੀ। ਇਹ ਬਹੁਤ ਸੌਖਾ ਤਰੀਕਾ ਫਰੈਂਡਸ, ਇਹਦੇ ਨਾਲ ਤੁਸੀਂ ਇੱਕ ਸਿਲਾਈ ਦੇ ਵਿੱਚ ਗੁੰਮ ਪਾਈਪਿੰਗ ਲਗਾ ਸਕਦੇ ਹੋ, ਠੀਕ ਹੈ ਜੀ। ਚਲੋ ਆਪਾਂ ਸਿਲਾਈ ਲਾਉਣੀ ਸ਼ੁਰੂ ਕਰਦੇ ਹਾਂ। ਇਹ ਸਿਲਾਈ ਫਰੈਂਡਸ ਬਿਲਕੁਲ ਨਾਲ ਨਾਲ ਦੀ ਜਿਹੜੀ ਆਪਾਂ ਪਾਈਪਿੰਗ ਲਾ ਰਹੇ ਹਾਂ ਉਹਦੀ ਜੜ ਦੇ ਵਿੱਚ ਲੱਗਣੀ ਚਾਹੀਦੀ ਹੈ, ਅਤੇ ਨਾਲ ਦੀ ਨਾਲ ਜਿਹੜਾ ਪੱਲਾ ਆਪਾਂ ਉੱਤੇ ਫੋਲਡ ਕਰ ਰਹੇ ਹਾਂ ਇਹ ਵੀ ਸਿਲਾਈ ਦੇ ਹੇਠਾਂ ਆਉਣਾ ਚਾਹੀਦਾ, ਤਾਂ ਹੀ ਆਪਣੀ ਇੱਕ ਸਿਲਾਈ ਦੇ ਵਿੱਚ ਪਾਈਪਿੰਗ ਲੱਗੂਗੀ ਨਾ, ਆਪਾਂ ਪੱਲਾ ਵੀ ਅਟੈਚ ਕਰਨਾ ਅਤੇ ਨੀਚੇ ਪਾਈਪਿੰਗ ਵੀ ਨੀਚੇ ਵਾਲੇ ਪੱਲੇ ਨਾਲ ਅਟੈਚ ਕਰਨੀ ਆ। ਠੀਕ ਹੈ ਜੀ, ਕਿਸੇ ਪਾਸੇ ਆਪਾਂ ਖਿੱਚ ਨਹੀਂ ਪਾਉਣੀ ਫਰੈਂਡਸ, ਨਾ ਆਪਾਂ ਆਹ ਵਾਲੀ ਸਾਈਡ ਨੂੰ ਖਿੱਚਣਾ, ਨਾ ਆਪਾਂ ਪਾਈਪਿੰਗ ਨੂੰ ਖਿੱਚਣਾ, ਨਾ ਆਪਾਂ ਨੀਚੇ ਵਾਲੇ ਪੱਲੇ ਨੂੰ ਖਿੱਚਣਾ, ਠੀਕ ਹੈ ਜੀ। ਆਰਾਮ ਨਾਲ ਜਿਹੜੀ ਆਪਾਂ ਨੇ ਕਰੀਜ਼ ਬਣਾਈ ਹੋਈ ਆ ਉਹਦੇ ਉੱਪਰ ਪਾਈਪਿੰਗ ਰੱਖ ਕੇ ਇੱਧਰਲੇ ਪਾਸੇ ਨੂੰ ਡਬਲ ਫੋਲਡ ਕਰਦੇ ਹੋਏ ਇਸ ਤਰੀਕੇ ਉੱਪਰ ਸੈੱਟ ਕਰਕੇ ਆਪਾਂ ਹੌਲੀ ਹੌਲੀ ਨਾਲ ਦੀ ਸਿਲਾਈ ਲਾਉਂਦੇ ਜਾਣਾ, ਅਤੇ ਇੱਧਰੋਂ ਵੀ ਪੱਲਾ ਸੈੱਟ ਰੱਖਣਾ ਕਿ ਕੋਈ ਖਿੱਚਣਾ ਪਵੇ। ਇਸੇ ਤਰੀਕੇ ਫਰੈਂਡਸ ਆਪਾਂ ਉੱਪਰ ਹਿੱਪ ਤੱਕ ਲੈ ਆਵਾਂਗੇ ਸਿਲਾਈ ਨੂੰ ਲਾਉਂਦੇ ਹੋਏ, ਸਾਰੀ ਸੈਟਿੰਗ ਕਰਦੇ ਹੋਏ। ਧਿਆਨ ਰੱਖਣਾ ਫਰੈਂਡਸ, ਆਹ ਵਾਲੇ ਕੱਪੜੇ ਦੇ ਵਿੱਚ ਜਾਂ ਇੱਧਰ ਪੱਲੇ 'ਚ ਕੋਈ ਵਲ ਨਹੀਂ ਪੈਣਾ ਚਾਹੀਦਾ। ਆਪਾਂ ਸਾਰੀ ਕੰਪਲੀਟ ਕਰ ਲਾਂਗੇ ਇੱਦਾਂ ਹੀ। ਇਹ ਮੈਂ ਤੁਹਾਨੂੰ ਉੱਪਰ ਤੱਕ ਦਿਖਾਉਂਦੀ ਹਾਂ ਕਿ ਅੱਗੇ ਹਿੱਪ ਕੋਲ ਜਾ ਕੇ ਆਪਾਂ ਇਹਨੂੰ ਕਿਵੇਂ ਕੰਪਲੀਟ ਕਰਨਾ। ਹਾਂ ਦੇਖੋ ਫਰੈਂਡਸ, ਇੱਥੇ ਆਪਾਂ ਹਿੱਪ ਕੋਲ ਆ ਗਏ, ਇੱਥੇ ਆਪਾਂ ਨੂੰ ਜਿੱਥੇ ਹਿੱਪ ਸ਼ੁਰੂ ਹੁੰਦੀ ਆ, ਮਤਲਬ ਆਹ ਆਪਣੇ ਚਾਕ ਬਣਨ ਲੱਗਦੇ ਆ, ਉੱਥੇ ਪਾਈਪਿੰਗ ਨਹੀਂ ਖਤਮ ਕਰਨੀ। ਜਿਵੇਂ ਆਪਾਂ ਹੇਠਾਂ 1.5 ਇੰਚ ਐਕਸਟਰਾ ਛੱਡੀ ਸੀ, ਉਵੇਂ ਇੱਥੇ ਆਪਾਂ 1.5 ਇੰਚੋਂ ਉੱਪਰ ਤੱਕ ਸਿਲਾਈ ਲਾਉਣੀ ਆ ਆਪਣੀ ਫਿਟਿੰਗ ਦੇ ਨਾਲ ਨਾਲ। ਧਿਆਨ ਇਹ ਰੱਖਣਾ ਕਿ ਫਿਟਿੰਗ ਵਾਲੇ ਪਾਸੇ ਸਿਲਾਈ ਨਾ ਲੱਗ ਜਾਏ, ਬਾਹਰ ਵਾਲੀ ਆਪਣੀ ਸਿਲਾਈ ਹੋਣੀ ਚਾਹੀਦੀ ਆ।
किसी पास कुछ खिंचना नहीं फ्रेंड्स, आराम नाल ईजीली सिलाई ला देनी है। ठीक है जी, आ उपर एक डेढ़ इंच तक फिटिंग दे नाल पाइपिंग रख के उपर डेढ़ इंच तक सिलाई ला देनी है। ठीक है जी, हुण आपां की करना फ्रेंड्स, इत्थों कल्ली पाइपिंग, ठीक है जी, आपां ने कट देनी है। हुण आपां इहनूं सिद्धी करके देखते हैं कि इहदी लुक किस तरह की आई है। आपां फ्रेंड्स हुण सीधा करते हैं कमीज़, आ देखो जी इस तरीके, जदों आपां इहनूं प्रेस कर लाँगे, ये कॉटन का कपड़ा इस करके हाथ नाल ही सैट हो रहा। ठीक है जी, तुसी देख सकते हो कि कितनी वधिया सिलाई लगी है। तो सब तो वड्डी गल ये फ्रेंड्स कि इक्को ही सिलाई दे विच आपां गुम पाइपिंग अटैच कर सकते हैं। ठीक है जी, इत्थे फिनिशिंग देख सकते हो, मैं तुहानूं नेड़े करके दिखाउनी आ। देखो जी सारी सिलाई बिल्कुल इक्वल लगी है फ्रेंड्स, किसी पासे कोई वाल नहीं पै रहा। ठीक है जी, तो आ जिहड़ी आपां नीचे एक डेढ़ इंच एक्सट्रा पाइपिंग छड्डी सी ते सिलाई भरन लग्गिया, जिहड़े अपने नाल थ्रैड सीगे, मतलब जिथों आपां सिलाई स्टार्ट करदे आ, इन्हां नूं कट्टना नहीं फ्रेंड्स, कुछ नहीं करना। आपां की करना, जदों तरपाई करांगे ये सारे थ्रैड, क्योंकि जे आपां कट्टते तां उपर कोई इहदा मतलब आपां ने लॉक लाया नहीं होया, वह फिर उधड़ जूगा। ठीक है जी, पक्का नहीं किया होया कुछ भी। इस तरीके सारा कुछ अंदर करके मतलब आ चीज़ बिल्कुल सही रहे, तो इनू आपां इस तरीके फोल्ड कर देंगे। ठीक है जी, तुसी देख सकते हो कोई धागा नहीं बाहर, कोई पाइपिंग नहीं बाहर, तो इधरले साइड तो इस तरह इहदी फिनिशिंग आऊगी। ठीक है जी, इधरले पासे आपां तरपाई कर देंगे, तो बहुत सोहने तरीके नाल इक्को सिलाई दे विच अपनी गुम पाइपिंग अटैच होगी। ठीक है जी, आई होप यू लाइक दिस वीडियो, थैंक्स फॉर वॉचिंग।